ਉਹਦੇ 'ਚ ਨਾ ਜੀ ਜਿਹੜਾ ਸਰਦਾਰ ਸੁਖਬੀਰ ਸਿੰਘ ਵੱਲੋਂ ਦਾਅਵਾ ਕੀਤਾ ਸੀ ਉਹਦੇ 'ਚ ਭਗਵੰਤ ਸਿੰਘ ਮਾਨ ਜਿਹੜੇ ਮੌਜੂਦਾ ਮੁੱਖ ਮੰਤਰੀ ਹੈ ਉਹਨਾਂ ਨੇ ਅੱਜ ਆਪਦਾ ਜਵਾਬ ਦਾਅਵਾ ਪੇਸ਼ ਕਰਨਾ ਸੀ ਮਗਲੀ ਡੇਟ 'ਤੇ ਉਹਨਾਂ ਦੇ ਵਕੀਲ ਸਾਹਿਬ ਨੇ ਰਿਕੁਐਸਟ ਕਰਕੇ ਡੇਟ ਪੁਆਈ ਸੀ ਬਟ ਅੱਜ ਨਵੇਂ ਵਕੀਲ ਸਾਹਿਬ ਪੇਸ਼ ਹੋਏ ਆ ਉਹਨਾਂ ਵੱਲੋਂ ਅਤੇ ਜਵਾਬ ਦਾਅਵਾ ਦੇਣ ਦੀ ਬਜਾਏ ਉਹਨਾਂ ਨੇ ਆਰਡਰ 7 ਰੂਲ 11 CPC ਦੀ ਐਪਲੀਕੇਸ਼ਨ ਦਿੱਤੀ ਹੈ ਕਿ ਇਹ ਜਿਹੜਾ ਦਾਅਵਾ ਪਲੇਂਟ ਰਿਜੈਕਟ ਕਰਨੀ ਬਣਦੀ ਹੈ ਬਟ ਸੋ ਫਾਰ ਜਿੰਨੀ ਐਪਲੀਕੇਸ਼ਨ ਅਸੀਂ ਪੜ੍ਹੀ ਹੈ ਉਹਦੇ ਅਕੋਰਡਿੰਗਲੀ ਉਹ ਐਪਲੀਕੇਸ਼ਨ ਫ੍ਰਿਵਲੈਸ ਓਨਲੀ ਫੋਰ ਗੇਨਿੰਗ ਟਾਈਮ ਸਿਰਫ ਟਾਈਮ ਲੈਣ ਵਾਸਤੇ ਫਾਈਲ ਕੀਤੀ ਹੈ ਉਹ ਐਪਲੀਕੇਸ਼ਨ ਰੂਟੀਨ 'ਚ ਹਰੇਕ ਬੰਦਾ ਫਾਈਲ ਕਰ ਸਕਦਾ ਹੈ ਰਾਈਟ ਹੁੰਦਾ ਅਗਲੇ ਕੋਲੇ ਬਟ ਸਬਸਟੈਂਸ ਕੋਈ ਨਹੀਂ ਉਹ ਹੁਣ ਨੈਕਸਟ ਡੇਟ ਜਿਹੜੀ 9-4 ਪਈ ਹੈ ਜੀ ਉਸ ਐਪਲੀਕੇਸ਼ਨ ਦਾ ਸਰ ਸੁਖਬੀਰ ਸਿੰਘ ਬਾਦਲ ਵੱਲੋਂ ਅਸੀਂ ਜਵਾਬ ਫਾਈਲ ਕਰਨਾ ਹੈ। ਦੇਖੋ ਜੀ ਮੈਨੂੰ ਜਿਹੜਾ ਕੱਲ੍ਹ ਹੀ ਪਤਾ ਲੱਗਿਆ ਹੈ ਮੈਂ ਸਤਿਕਾਰਯੋਗ ਮੁੱਖ ਮੰਤਰੀ ਨੂੰ ਨਾ ਤਾਂ ਕਦੇ ਮਿਲਿਆ ਉਹਨਾਂ ਨੇ ਪੁੱਛ ਕੇ ਹੀ ਵੀ ਇਸ ਕੇਸ ਦੇ ਵਿੱਚ ਕਿਹੜਾ ਵਕੀਲ ਹੈ ਜਿਹੜਾ ਇਸ ਮੁਕੱਦਮੇ ਨੂੰ ਝਗੜਨ ਦੇ ਕਾਬਲ ਹੈ ਤਾਂ ਉਹਨਾਂ ਨੇ ਕੱਲ੍ਹ ਜਿਹੜਾ ਇਸ ਕੇਸ ਦੇ ਵਿੱਚ ਪੇਸ਼ ਹੋਣ ਲਈ ਮੈਨੂੰ ਹਦਾਇਤ ਕੀਤੀ ਅਤੇ ਮੈਂ ਅੱਜ ਇਸ ਕੇਸ ਵਿੱਚ ਪੇਸ਼ ਹੋਇਆ। ਅੱਜ ਅਦਾਲਤ ਦੀ ਕਾਰਵਾਈ ਕੀ ਰਹੀ ਜੀ ਉਹ ਜਵਾਬ ਦੇਵਾ ਦੇਣਾ ਸੀਗਾ ਜਿਹੜਾ ਕੀ ਬਣਿਆ ਅੱਜ ਅਦਾਲਤ ਦੇ ਵਿੱਚ ਜਿਹੜੇ ਅਸੀਂ ਜਦੋਂ ਕੱਲ੍ਹ ਮੈਨੂੰ ਕੇਸ ਮਿਲਿਆ ਤਾਂ ਮੈਂ ਉਸ ਕੇਸ ਨੂੰ ਸਾਰਾ ਸਟੱਡੀ ਕੀਤਾ ਤਾਂ ਉਹ ਕੇਸ ਜਿਹੜਾ ਬਿਲਕੁਲ ਡੈਫਾਮੇਸ਼ਨ ਦਾ ਕੇਸ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਖਿਲਾਫ਼ ਬਿਲਕੁਲ ਹੀ ਬਣਦਾ ਨਹੀਂ ਸੀ ਅਤੇ ਉਹ ਜਿਹੜਾ ਕੇਸ ਹੈ ਸਿਰਫ ਮੈਨੂੰ ਲੱਗਿਆ ਕਿ ਇੱਕ ਪੋਲੀਟੀਕਲੀ ਉਹਦਾ ਯਾਨੀ ਕਿ ਬੈਨੀਫਿਟ ਲੈਣ ਲਈ ਆਮ ਤੌਰ 'ਤੇ ਹੁੰਦਾ ਕਿ ਪਹਿਲਾਂ ਨੋਟਿਸ ਦੇ ਦਿਓ ਉਹਨੂੰ ਅਖਬਾਰਾਂ 'ਚ ਕਢਾ ਦਿਓ ਜੀ ਅਸੀਂ ਮਾਨਹਾਨੀ ਦਾ ਕਰਤਾ ਫਿਰ ਅੱਜ ਕੇਸ ਪਾਤਾ ਜੀ ਫਿਰ ਹੋ ਗਿਆ ਕਿ ਜੀ ਉਹ ਕੇਸ ਤੋਂ ਭੱਜ ਰਹੇ ਹੈ ਤਾਂ ਇੱਕ ਤਾਂ ਇਹ ਹੁੰਦਾ ਲੋਕਾਂ ਦਾ ਜਿਹੜਾ ਮਾਇੰਡ ਡਾਇਵਰਟ ਕਰਨ ਲਈ ਕਿ ਜਿਹੜੀਆਂ ਉਹਨਾਂ ਦੇ ਖਿਲਾਫ਼ ਜੋ ਵੀ ਕੋਈ ਗੱਲ ਸੀਗੀ ਤਾਂ ਉਹਦੇ ਉਸ ਦਾ ਡਾਇਵਰਟ ਕਰਨ ਲਈ ਸੈਕੰਡ ਕਈ ਵਾਰੀ ਇਹ ਹੁੰਦਾ ਕਿ ਪੋਲੀਟੀਕਲ ਟੈਕਟ ਹੁੰਦੇ ਹੈ ਕਿ ਜੇ ਕੱਲ੍ਹ ਨੂੰ ਕੋਈ ਗੱਲ ਹੁੰਦੀ ਹੈ ਕੋਈ FIR ਦਰਜ ਹੁੰਦੀ ਹੈ ਤਾਂ ਉਹ ਕਹਿ ਸਕਦੇ ਕਿ ਵੇਖੋ ਸਾਡਾ ਤਾਂ ਇਹ ਕੇਸ ਆਲਰੇਡੀ ਕੋਰਟ 'ਚ ਚੱਲਦਾ ਮੈਟਰ ਇਜ ਸਬ ਜੂਡਿਸ ਸੋ ਇਸ ਕਰਕੇ ਅਸੀਂ ਜਿਹੜੇ ਇਸ ਨਤੀਜੇ 'ਤੇ ਪਹੁੰਚੇ ਹਾਂ ਕਿ ਕੇਸ ਨਹੀਂ ਬਣਦਾ ਸੀ ਤਾਂ ਉਹ ਕੋਰਟ ਦੇ ਵਿੱਚ ਇੱਕ ਐਪਲੀਕੇਸ਼ਨ ਦੇ ਸਕਦਾ ਡਿਫੈਂਡੈਂਟ ਕਿ ਇਹ ਕੇਸ ਬਣਦਾ ਹੀ ਨਹੀਂ ਇਹ ਗਲਤ ਤੌਰ 'ਤੇ ਕੀਤਾ ਗਿਆ ਇਸ ਕਰਕੇ ਅਸੀਂ ਇੱਕ ਅਰਜ਼ੀ ਦਿੱਤੀ ਜਿਹੜੀ ਆਰਡਰ 7 ਰੂਲ 11 CPC ਕਹਿੰਦਾ ਕਿ ਜੇ ਐਵੇਂ ਕਿਸੇ 'ਤੇ ਕੋਈ ਕੇਸ ਕਰਤਾ ਤਾਂ ਉਹ ਕੇਸ ਜਿਹੜਾ ਅਦਾਲਤ ਖਾਰਜ ਕਰ ਸਕਦੀ ਹੈ ਅਸੀਂ ਕਿਹਾ ਕਿ ਕੇਸ ਚੱਲਣਾ ਹੀ ਨਹੀਂ ਚਾਹੀਦਾ ਇੱਕ ਕੇਸ ਹੁੰਦਾ ਡੈਫਾਮੇਸ਼ਨ ਦਾ ਜਿੱਥੇ ਪਹਿਲਾਂ ਗਵਾਹੀਆਂ ਹੁੰਦੀਆਂ ਅਦਾਲਤ ਬਤੌਰ ਮੁਲਜ਼ਮ ਦੇ ਤਲਬ ਕਰਦੀ ਹੈ ਇੱਕ ਉਹ ਕੇਸ ਹੁੰਦਾ ਇਹ ਉਹ ਕੇਸ ਨਹੀਂ ਇਹ ਤਾਂ ਸਿੰਪਲੀ ਆ ਕੋਈ ਕਿਸੇ 'ਤੇ ਕਰ ਦਿਓ ਅਸ਼ਟਾਮ ਲਾਓ ਵਕੀਲ ਕਰੋ ਅਤੇ ਉਹ ਕਰ ਦਿਓ ਫਿਰ ਜਦੋਂ ਡਿਫੈਂਡੈਂਟ ਪੇਸ਼ ਹੁੰਦਾ ਉਹ ਕਹਿੰਦਾ ਜੀ ਇਹ ਕੇਸ ਬਣਦਾ ਹੀ ਨਹੀਂ ਤਾਂ ਅਦਾਲਤ ਸੁਣ ਕੇ ਉਸਨੂੰ ਖਾਰਜ ਕਰ ਸਕਦੀ ਹੈ ਇਸ ਕਰਕੇ ਅਸੀਂ ਉਹ ਅੱਜ ਕੇਸ ਜਿਹੜੀ ਇਸ ਕੇਸ ਕੀਤਾ ਉਹਦੀ ਜਿਹੜੀ ਅੱਗੇ ਜਿਹੜੀ ਡੇਟ ਹੈ ਉਹਨਾਂ ਨੂੰ ਕਾਪੀ ਦੇਤੀ ਹੈ ਉਹਨਾਂ ਨੇ ਉਹਦਾ ਰਿਪਲਾਈ ਦੇਣਾ ਡੇਟ ਪਾਈ ਕੋਈ ਅੱਗੇ ਤਰੀਕ ਪਾਤੀ ਅੱਗੇ ਹੈ ਅੱਗੇ 9/4 9 9 ਅਪ੍ਰੈਲ ਉਹਨਾਂ ਨੇ ਸਾਡੀ ਅਰਜ਼ੀ ਦਾ ਇਹ ਜਵਾਬ ਦੇਣਾ ਤੁਸੀਂ ਅੱਜ ਅਦਾਲਤ 'ਚ ਇਹੀ ਕਿਹਾ ਕਿ ਕੇਸ ਬਣਦਾ ਹੀ ਨਹੀਂ ਅਸੀਂ ਕਿਹਾ ਜੀ ਕੇਸ ਨਹੀਂ ਬਣਦਾ ਇਹਨੂੰ ਡਿਸਮਿਸ ਕਰੋ ਕੋਈ ਕਾਜ ਆਫ ਐਕਸ਼ਨ ਨਹੀਂ ਗਾ ਇੱਕ ਜਿਹੜੀ ਆਮ ਤੌਰ 'ਤੇ ਜਿਹੜਾ ਕਿਹਾ ਜਾ ਰਿਹਾ ਉਹਨਾਂ ਦੇ ਬੁਲਾਰੇ ਵੱਲੋਂ ਕਿ ਮੁੱਖ ਮੰਤਰੀ ਆਪ ਪੇਸ਼ ਹੀ ਨਹੀਂ ਹੋ ਰਹੇ ਪੇਸ਼ ਹੋਣ ਤੋਂ ਭੱਜ ਰਹੇ ਆ ਕੋਈ ਇਹੋ ਜਿਹਾ ਫੈਕਟ ਹੈਗਾ ਜਾਂ ਕੁਛ ਇਹ ਦੇਖੋ ਜੀ ਜਿਵੇਂ ਮੈਂ ਪਹਿਲਾਂ ਕਿਹਾ ਉਹਨਾਂ ਦਾ ਮਕਸਦ ਹੀ ਇਹ ਸੀਗਾ
ਕਿ ਲੋਕਾਂ ਨੂੰ ਇੰਟੈਂਸ਼ਨ ਡਾਈਵਰਟ ਕਰਨੀ। ਮੁੱਖ ਮੰਤਰੀ ਇਸ ਕੇਸ 'ਚ ਕਦੇ ਵੀ ਭੱਜਿਆ ਨਹੀਂ, ਬਲਕਿ ਮੁੱਖ ਮੰਤਰੀ ਨੂੰ ਤਾਂ ਜਦੋਂ ਇਹ ਕਿਹਾ ਸੀਗਾ ਕਿ ਅਸੀਂ ਕੇਸ ਕਰਾਂ, ਉਹਨਾਂ ਕਿਹਾ ਕਰੋ, ਜੋ ਕੇਸ ਕਰਦੇ ਹਾਂ ਅਸੀਂ ਅਦਾਲਤ 'ਚ ਉਹਦਾ ਜਵਾਬ ਦੇਵਾਂਗੇ। ਤਾਂ ਇਸ ਕੇਸ ਜਿਹੜਾ ਉਹਨਾਂ ਨੇ ਦਾਇਰ ਕੀਤਾ 11/1/2024 ਨੂੰ ਉਹਨਾਂ ਨੇ ਕੇਸ ਇਹ ਕੋਰਟ ਦੇ ਵਿੱਚ ਲਾਇਆ, ਅਤੇ ਕੋਰਟ ਨੇ ਪਹਿਲੀ ਤਰੀਕ ਹੈ ਜਿਹੜੀ ਮੁੱਖ ਮੰਤਰੀ ਨੂੰ ਹਾਜ਼ਰ ਹੋਣ ਲਈ 19/2/2024 ਦਿੱਤੀ। ਤਾਂ ਉਸ ਦਿਨ ਮੁੱਖ ਮੰਤਰੀ ਵੱਲੋਂ ਇੱਕ ਅਸੀਂ ਜੇ ਕੋਈ, ਕਿਉਂਕਿ ਜਿਵੇਂ ਮੁੱਖ ਮੰਤਰੀ ਹੁੰਦਾ ਹੀ ਇਜ਼ ਵੈਰੀ ਬਿਜ਼ੀ, ਇਹ ਜ਼ਰੂਰੀ ਨਹੀਂ ਕਿ ਉਹ ਇਮੀਡੀਏਟਲੀ ਸਾਰਾ ਉਹਨੂੰ ਮੈਨੇਜ ਕਰ ਸਕੇ। ਤਾਂ ਉਹਨਾਂ ਦੇ ਹਦਾਇਤ 'ਤੇ ਸਰਦਾਰ ਇਕਬਾਲ ਸਿੰਘ ਬੁੱਟਰ ਵਕੀਲ ਸਾਹਿਬ ਪਹਿਲੀ ਤਰੀਕ 'ਤੇ 19/2/2014 ਨੂੰ ਮੀਮੋ ਦੇ ਤਾ ਉਹਨਾਂ ਨੇ, ਅਤੇ ਕੋਰਟ ਨੇ ਅਗਲੀ ਡੇਟ ਸਾਨੂੰ ਜਿਹੜੀ ਅੱਗੇ ਅੱਜ ਦੀ 19/3 ਦੇਤੀ, ਵੀ ਇੱਕ ਤਾਂ ਵਕਾਲਤਨਾਮਾ ਤੁਸੀਂ ਪੇਸ਼ ਕਰੋ ਮੁੱਖ ਮੰਤਰੀ ਦਾ, ਅਤੇ ਇੱਕ ਤੁਸੀਂ ਆਪਦਾ ਜਵਾਬ ਦਵਾ ਦਿਓ। ਅਤੇ ਅੱਜ ਅਸੀਂ ਫਿਰ ਮੈਨੂੰ ਵਕਾਲਤਨਾਮਾ ਆ, ਮੈਂ ਬਤੌਰ ਵਕੀਲ ਨਾਲ ਸਾਡੇ ਪਹਿਲੇ ਵਕੀਲ ਸਰਦਾਰ ਇਕਬਾਲ ਸਿੰਘ ਬੁੱਟਰ, ਇੱਕ ਸਾਡੇ ਹੋਰ ਵਕੀਲ ਜਿਹੜੇ ਹੈ ਮਨਿੰਦਰਜੀਤ ਸਿੰਘ ਬੇਦੀ, ਉਹ ਜਿਹੜੇ ਅਸੀਂ ਤਿੰਨ ਵਕੀਲ ਅੱਜ ਹਾਜ਼ਰ ਹੋਏ ਹਾਂ। ਅਤੇ ਦੱਸੋ ਹੁਣ ਇਹ ਜਿਹੜਾ ਕਹਿਤਾ ਜੀ ਵਕੀਲ ਮੁੱਖ ਮੰਤਰੀ ਭੱਜਿਆ ਫਿਰਦਾ, ਅਤੇ ਜੇ ਕਰਨਾ ਚਾਹੀਏ ਤਾਂ ਅਸੀਂ ਵੀ ਡੈਫਾਮੇਸ਼ਨ ਦਾ ਕੇਸ ਕਰ ਸਕਦੇ ਹਾਂ ਵੀ ਝੂਠਾ ਇਲਜ਼ਾਮ ਲਾਉਂਦੇ। ਮੁੱਖ ਮੰਤਰੀ ਕਦੋਂ ਭੱਜਿਆ? ਮੁੱਖ ਮੰਤਰੀ ਨੇ ਪਹਿਲੇ ਦਿਨ ਕਿਹਾ ਸੀਗਾ ਜੇ ਤੁਸੀਂ ਕੇਸ ਕਰੋਗੇ ਤਾਂ ਅਸੀਂ ਉਹਨੂੰ ਕੰਟੈਸਟ ਕਰਾਂਗੇ। ਇਸ ਕਰਕੇ ਇਹ ਇਲਜ਼ਾਮ ਬਿਲਕੁਲ ਝੂਠਾ ਹੈ। ਉਹ ਸਿਰਫ ਜਿਹੜੀ ਮੈਂ ਪਹਿਲਾਂ ਹੀ ਬੇਨਤੀ ਕਰਤੀ, ਇਹ ਜਿਹੜੇ ਕੇਸ ਹੁੰਦੇ ਆ ਨਾ, ਇਹ ਡੈਫਾਮੇਸ਼ਨ ਦੇ ਕੇਸ ਕਰਨ ਦੇ ਮਕਸਦ ਹੀ ਦੋ ਹੁੰਦੇ ਆ। ਇੱਕ ਤਾਂ ਜੇ ਪਰਚਾ ਦਰਜ ਹੋਇਆ ਅਸੀਂ ਕਹਾਂਗੇ ਮੈਟਰ ਸਬ ਜੂਡਿਸ ਹੈ, ਇੱਕ ਇਹ ਹੈ ਕਿ ਲੋਕਾਂ ਦੀ ਇੰਟੈਂਸ਼ਨ ਡਾਈਵਰਟ ਹੋ ਜੂ। ਇਸ ਕੇਸ ਦੇ ਵਿੱਚ ਤੁਸੀਂ ਦੇਖ ਲਿਓ ਇਹ ਕੇਸ ਡਿਸਮਿਸ ਹੋਣਾ, ਨਾ ਸਦਾ ਸੁਫੀਰ ਬਾਦਲ ਨੇ ਇਹਦੇ 'ਚ ਆਉਣਾ, ਨਾ ਕਰਨਾ, ਨਾ ਕਰਾਸ ਐਗਜ਼ਾਮੀਨੇਸ਼ਨ ਇਹਦੇ 'ਚ ਹੋਣੀ ਹੈ। ਇਹ ਤਾਂ ਸਿਰਫ ਜਿਹੜੇ ਕੇਸ ਹੁੰਦੇ ਆ ਫਾਰ ਓਨਲੀ ਫਾਰ ਦਾ ਪਰਪਜ਼ ਆਫ ਲੋਕਾਂ ਦਾ ਧਿਆਨ ਵਧਾਉਣ, ਦੂਜੇ ਪਾਸੇ ਕਰ ਲਈ ਹੁੰਦਾ।